दीन दर्द निवार ठाकुर राख जन किया तरन तारन हर निद दुख ना सके ब्या तीने ताप निवारन हारा दुख हंता सुखरा ताको विघ्न न को लागे जाकी प्रभु आगे अरदा तुद आगे अरदास हमारी जियो पिंड सब तेरा कहो नानक सब तेरी वड़ियाई कोई नौ न जाने मेरा संतन के कारज आप कलो संतन के कारज आप कलो संतन के कारज आप कलो हर काम करावन आया राम
ਸੰਤਾਂ ਕੇ ਕਾਰਜ ਆਪ ਖਲੋਆ, ਸੰਤਾਂ ਕੇ ਕਾਰਜ ਆਪ ਸੰਤਾਂ ਕੇ ਕਾਰਜ ਆਪ ਖਲੋਆ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਨ ਆਇਆ ਸੰਤਾਂ ਕੇ ਕਾਰਜ ਆਪ ਖਲੋਆ, ਸੰਤਾਂ ਕੇ ਕਾਰਜ ਆਪ ਖਲੋਆ। ਅੰਮ੍ਰਿਤ ਜਲ ਛਾਇਆ ਰਾਮ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਸੰਤਾਂ ਕੇ ਕਾਰਜ ਆਪ ਖਲੋਆ, ਸੰਤਾਂ ਕੇ ਕਾਰਜ ਆਪ ਖਲੋਆ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ,
ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਸਗਲ ਮਨੋਰਥ ਪੂਰੇ ਜੈ ਜੈਕਾਰ ਤਯਾ ਜਗ ਅੰਤਰ ਜੈ ਜੈਕਾਰ ਤਯਾ ਜਗ ਅੰਤਰ ਲਾਥੇ ਸਗਲ ਵਸੂਰੇ ਲਾਥੇ ਸਗਲ ਵਸੂਰੇ ਸੰਤਾਂ ਕੇ ਕਾਰਜ ਆਪ ਖਲੋਇਆ ਸੰਤਾਂ ਕੇ ਕਾਰਜ ਆਪ ਖਲੋਇਆ ਸੰਤਾਂ ਕੇ ਕਾਰਜ ਆਪ ਪੂਰਨ ਪੁਰਖ ਅਚੁੱਤ ਅਬਨਾਸੀ ਪੂਰਨ ਪੁਰਖ ਅਚੁੱਤ ਅਬਨਾਸੀ ਜਸ ਵੇਦ ਪਰਾਣੀ ਗਾਇਆ ਜਸ ਵੇਦ ਪਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਆਪਣਾ
ਨਾਮ ਧਿਆਇਆ ਨਾਨਕ ਨਾਮ ਧਿਆਇਆ ਸੰਤ ਕਾਰਜ ਆਪ ਕਲੋਆ ਸੰਤ ਕਾਰਜ ਆਪ ਕਲੋਆ ਹਰ ਕੰਮ ਕਰਾਵਨ ਆਇਆ ਰਾਮ ਹਰ ਕੰਮ ਕਰਾਵਨ ਆਇਆ ਰਾਮ ਸੰਤਾਂ ਕੇ ਕਾਰਜ ਆਪ ਕਲੋਆ ਸੰਤਾਂ ਕੇ ਕਾਰਜ ਆਪ ਕਲੋਆ ਸੰਤਾਂ ਕੇ ਕਾਰਜ ਆਪ ਕਲੋਆ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ ਆਡ ਦਾਮ ਕੋ ਛਿਪਰੋ ਹੋਇਓ ਲਖੀਣਾ ਤਨ ਨਾ ਬੁਨ ਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਰੋ ਪਇਓ ਗੁਨੀ ਗਹੀਰਾ ਰਬ ਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਤਿੰਨੀ ਦਰਸ਼ਨ ਪਾਇ ਸੈਨ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਿਮ ਭਗਤਾ ਮੈਂ ਗਨਿਆ ਇਹ ਬਿਦ ਸੁਣ ਕੇ ਜਾਟ ਉਠ ਭਗਤੀ ਲਾਗਾ ਮਿਲੇ ਪਰ ਤਕ ਗੁਸਈਆ ਨਾਮ ਬੜ ਸੰਤਾਂ ਕੇ ਕਾਰਜ ਆਪ ਕਲੋਆਜ ਆਪ ਕਲੋਆ ਹਰ ਕੰਮ ਕਰਾਵਨ ਹਰ ਕੰਮ ਕਰਾਵਨ
के कारज आप खलो संता के कारज आप खलो संता के कारज आप खलो ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਆਪ ਇਨਸਾਫ ਮੋਰਚਾ ਉਸ ਵਿੱਚ ਸ਼ਾਮਿਲ ਹੋਣ ਵਾਸਤੇ ਦੂਰਾਂ ਦੁਰਾਡਿਆਂ ਤੋਂ ਆਏ ਹੋ ਆਪ ਜੀ ਦਾ ਧੰਨਵਾਦ ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀ ਸ਼ਖਸੀਅਤ ਉਹਨਾਂ ਦੀ ਮਿਕਨਤੀ ਸੀ ਜੋ ਸ਼ਖਸੀਅਤ ਸੀ ਉਹਨਾਂ ਬਾਰੇ ਚੰਦ ਸ਼ਬਦ ਕਹਿਣੇ ਹਨ ਸੋ ਆਸ ਹੈ ਆਪ ਜੀ ਗੌਰ ਨਾਲ ਸੁਣੋਗੇ ਸਿੱਖ ਕੌਮ ਦੇ ਹੀਰਿਆਂ ਚੋਂ ਸੰਤ ਜਰਨੈਲ ਸਿੰਘ ਅਣਮੁੱਲਾ ਸਿੱਖ ਕੌਮ ਦੇ ਹੀਰਿਆਂ ਚੋਂ ਸੰਤ ਜਰਨੈਲ ਸਿੰਘ ਅਣਮੁੱਲਾ ਵਿੱਚ ਰੋਡੇ ਪਿੰਡ ਦੇ ਸੀ ਪ੍ਰਗਟ ਹੋਈ ਜੋਤ ਅਨੋਖੀ ਜਸ ਖੱਟ ਗਏ ਮਾਤ ਪਿਤਾ ਲਾਇਕ ਸਪੁੱਤਰ ਹੈਪੀ ਹੋਸੇ ਲੰਘ ਬਚਪਨ ਜਵਾਨ ਹੋਇਆ ਗੱਭਰੂ ਬੱਬਰ ਸ਼ੇਰ ਜਾਨਹੁੱਲਾ ਸਿੱਖ ਕੌਮ ਦੇ ਹੀਰਿਆਂ ਚੋਂ ਸੰਤ ਜਰਨੈਲ ਸਿੰਘ ਅਣਮੁੱਲਾ ਆਪ ਜੀ ਨੇ ਗੌਰ ਫਰਮਾਉਣਾ ਜੀ ਸਤਿਗੁਰ ਦੀਆਂ ਮਿਹਰਾਂ ਦਾ ਸੇਵਕ ਹੋ ਗਿਆ ਸੱਚਾ ਪਾਤਰ ਸ਼ੱਕ ਅੰਮ੍ਰਿਤ ਰਹਿਤ ਰੱਖੇ ਸੇਵਕ ਗੁਰੂ ਦੀ ਸੇਵਾ ਖਾਤਰ ਸੇਵਕ ਅਣਥਕ ਮਰ ਜੀਵੜਾ ਯੋਧਾ ਸੂਰਬੀਰ ਜੋ ਸੁਲਾ ਸਿੱਖ ਕੌਮ ਦੇ ਹੀਰਿਆਂ ਚੋਂ ਸੰਤ ਜਰਨੈਲ ਸਿੰਘ ਅਣਮੁੱਲਾ ਮਹਾਂਪੁਰਸ਼ਾਂ ਦੀਆਂ ਜਿਹੜੀਆਂ ਵਿਸ਼ੇਸ਼ਤਾਈਆਂ ਸੀ ਉਹ ਇਸ ਕਲਮ ਦੇ ਵਿੱਚ ਬੰਦ ਕਰੀਆਂ ਆਪ ਧਿਆਨ ਦੇਣਾ ਕਿਹੜੇ ਕਿਹੜੇ ਗੁਣ ਸਨ ਲੋਹ ਪੁਰਸ਼ ਰਾਜ ਜੋਗੀ ਪ੍ਰਾਣ ਕੁਰਬਾਨ ਤਪੀਸਰ ਕੀਤੇ ਬਾਲ ਜਤੀ ਬ੍ਰਹਮਚਾਰੀ ਦੇਗ ਧੇਗ ਦਾ ਧਨੀ ਵਿਭਾਗ ਸਰੀਤੇ ਨਿਧੜਕ ਚੁਸਤ ਫਰਤੀਲਾ ਸੰਤ ਸਿਪਾਹੀ ਸੱਚ ਸੌਖਲਾ ਸਿੱਖ ਕੌਮ ਦੇ ਹੀਰਿਆਂ ਚੋਂ ਸੰਤ ਜਰਨੈਲ ਸਿੰਘ ਅਣਮੁੱਲਾ ਜ਼ਿੰਦਾ ਦਿਲ ਹਾਜ਼ਰ ਦਰ ਤੇ ਦੀਨ ਪੁਜਾਰੀ ਸੰਪੂਰਨ ਆਸਤਕ ਜਰਨੈਲ ਕੱਟੜ ਧੱਕੜ ਸਬਕਾਰ ਕੌਨ ਬੜ ਭਾਗੀ ਮਸਤਕ ਵਫਾਦਾਰ ਉੱਚਾ ਆਚਾਰ ਬੇ ਮੋਹਤਾਜ ਸੁਖਨ ਬਖੁੱਲਾ ਸਿੱਖ ਕੌਮ ਦੇ ਹੀਰਿਆਂ ਚੋਂ ਸੰਤ ਜਰਨੈਲ ਸਿੰਘ ਅਣਮੁੱਲਾ ਨਿਸਕਪਟ ਤਿਆਗੀ ਸਮਝਦਾਰ ਰਹਿਨਮਾ ਬੇਦਾਗ ਕੁਲੀਨ ਸ੍ਰੇਸ਼ਟ ਕੁਲ ਅਣਮੁੱਲਾ ਗੁਣਾਂ ਦੀ ਖਾਣ ਸੁੰਦਰ ਪ੍ਰਵੀਨ
ਸਰੂ ਕਦ ਰਿਸ਼ਟ ਪੁਸ਼ਟ ਪ੍ਰਬੰਧਕ ਜਰਵਾਣ ਮਹਸੁੱਲਾ ਸਿੱਖ ਕੌਮ ਦੇ ਹੀਰਿਆਂ ਚੋ ਸੰਤ ਜਰਨੈਲ ਸਿੰਘ ਅਣਮੁੱਲ ਖੋਜੀ ਨਿਰਮੋਹ ਇੰਜਨੀਅਰ ਦਲੇਰ ਪੂਜਨੀਤ ਦਾ ਪੱਕਾ ਸ਼ੁਭ ਕਰਮੀ ਅਹਿਲ ਅਡੋਲ ਸਵੈ ਵਿਸ਼ਵਾਸੀ ਸਰੋਤਾ ਸੱਚਾ ਵੱਡ ਭਾਗੀ ਕਸਵੱਟੀ ਪਾਰਖੂ ਵੱਡ ਭਾਗੀ ਸਰਮੁੱਲਾ ਸਿੱਖ ਕੌਮ ਦੇ ਹੀਰਿਆਂ ਚੋ ਜਰਨੈਲ ਸਿੰਘ ਸੰਤ ਅਣਮੁੱਲਾ ਜਾਂਬਾਜ ਸੁਤੰਤਰ ਕਦਰਦਾਨ ਹੀਰਾ ਗੁਰਮਾਨ ਸੁੱਚਾ ਮੋਤੀ ਪਰਦਾ ਫਾਸ ਇੱਕ ਤਰਫਾ ਦੂਰ ਅੰਦੇਸੀ ਭਵਿੱਖ ਨਗੋਚੀ ਪਖੰਡ ਵਿਰੋਧੀ ਹੈ ਅੜੀਅਲ ਇਕਾਂਤ ਬਸੰਤ ਗੁਰਿਲਾ ਸਿੱਖ ਕੌਮ ਦੇ ਹੀਰਿਆਂ ਚੋ ਸੰਤ ਜਰਨੈਲ ਸਿੰਘ ਅਣਮੁੱਲਾ ਬਹੁਤ ਪਲਿੰਗਵਾਦੀ ਹੈ ਰਸ ਕਸ ਜਸ ਤੋਂ ਪਾਈ ਮੁਕਤੀ ਰੋਗ ਸੋਗ ਭੋਗ ਤੋਂ ਰਹਿਤ ਰੋਸ਼ਨ ਦਿਮਾਗ ਪਰਮਹੰਸ ਜੁਗਤੀ ਸ਼ਹੀ ਸ਼ਖਸੀਅਤ ਵਿਲੱਖਣ ਹੈ ਨਿਸ਼ਾਨੇ ਬਾਜ ਨਾ ਭਰਮ ਚ ਭੁੱਲਾ ਸਿੱਖ ਕੌਮ ਦੇ ਹੀਰਿਆਂ ਚੋ ਸੰਤ ਜਰਨੈਲ ਸਿੰਘ ਅਣਮੁੱਲ ਨਿਰਭਉ ਨਿਰਵੈਰ ਨੇ ਵਿਜੋਗ ਦੁੱਖ ਸੁੱਖ ਸੰਜਮ ਸਮ ਸਮਾਨ ਪੂਜਣ ਯੋਗ ਖਾਲਸਾ ਹੈ ਪਾਈ ਮੰਜ਼ਲ ਗੁਰਵਰਦਾਨ ਰਾਜਨੀਤਿਕ ਗੁਰੂ ਜੋਗਾ ਕੌਮੀ ਹੀਰਾ ਸਰਵ ਗੁਣ ਫੁੱਲਾ ਸਿੱਖ ਕੌਮ ਦੇ ਹੀਰਿਆਂ ਚੋ ਸੰਤ ਜਰਨੈਲ ਸਿੰਘ ਅਣਮੁੱਲ ਧਨੀ ਦੇਗ ਤੇਗਦਾ ਹੈ ਸੇਵਾ ਸਿਮਰਨ ਵਿੱਚ ਨਿਪੁੰਨ ਜਨਮਿਆ ਜਿਸ ਅਮੜੀ ਨੇ ਮੋਤੀ ਕੀਤੇ ਹੋਣੇ ਪੁੰਨ ਇੱਕੀ ਕੁੱਲਾ ਤਾਰ ਦੇਵੇ ਐਸਾ ਸਾਧੂ ਸੰਤ ਸੋਹ ਮੁੱਲਾ ਸਿੱਖ ਕੌਮ ਦੇ ਹੀਰਿਆਂ ਚੋ ਸੰਤ ਜਰਨੈਲ ਸਿੰਘ ਅਣਮੁੱਲ ਹੈ ਸਵਾਸ ਗਰਾਸ ਜਿਸਦੇ ਠਾਠਾਂ ਸੇਵਾ ਦਾ ਚਾ ਮਾਰੇ ਜ਼ਿੰਦਗੀ ਵਿੱਚ ਵੇਖੇ ਨੇ ਇਹਨਾਂ ਕੌਤਕ ਅਜਬ ਨਿਆਰੇ ਲੰਗਰ ਰਾਮਦਾਸ ਉੱਤੇ ਵੇਖ ਧਨ ਧਨ ਕਰ ਉੱਠਦਾ ਬੁੱਲਾ ਸਿੱਖ ਕੌਮ ਦੇ ਹੀਰਿਆਂ ਚੋ ਸੰਤ ਜਰਨੈਲ ਸਿੰਘ ਅਣਮੁੱਲ ਨਹੀਂ ਨੇੜੇ ਢੁੱਕ ਸਕਦੀ ਨੀਂਦਰ ਆਲਸ ਅਤੇ ਨਿਰਾਸ਼ਾ ਗੁਰੂ ਗ੍ਰੰਥ ਸਾਹਿਬ ਉੱਤੇ ਹੈ ਇਸ ਸਿਦਕੀ ਦਾ ਪ੍ਰਵਾਸਾ ਨਹੀਂ ਨੇੜੇ ਢੁੱਕ ਸਕਦੀ ਨੀਂਦਰ ਆਲਸ ਅਤੇ ਨਿਰਾਸ਼ਾ ਗੁਰੂ ਗ੍ਰੰਥ ਸਾਹਿਬ ਉੱਤੇ ਹੈ ਇਸ ਸਿਦਕੀ ਦਾ ਪ੍ਰਵਾਸਾ ਮਹਿਤਾ ਸਾਹਿਬ ਗੁਰੂ ਘਰ ਦਾ ਦੀਪਕ ਹੈ ਦਰਵਾਜ਼ਾ ਖੁੱਲ੍ਹਾ ਸਿੱਖ ਕੌਮ ਦੇ ਹੀਰਿਆਂ ਚੋ ਸੰਤ ਜਰਨੈਲ ਸਿੰਘ ਅਣਮੁੱਲਾ ਸਿੱਖ ਕੌਮ ਦੇ ਹੀਰਿਆਂ ਚੋ ਸੰਤ ਜਰਨੈਲ ਸਿੰਘ ਅਣਮੁੱਲਾ ਸਤਿ ਸ੍ਰੀ ਅਕਾਲ ਜੀ। ਹਾਂਜੀ, ਇੱਕ ਭਾਈ ਅਮਰੀਕ ਸਿੰਘ ਦੀ ਕਵਿਤਾ। ਭਾਈ ਅਮਰੀਕ ਸਿੰਘ ਜੋ ਸੰਤਾਂ ਦੀ ਆਪਾਂ ਸੱਜੀ ਬਾਂਹ ਕਹਿ ਸਕਦੇ ਹਾਂ, ਭਾਈ ਅਮਰੀਕ ਸਿੰਘ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ ਤੇ ਮਹਾਂਪੁਰਖਾਂ ਦਾ ਪਵਿੱਤਰ ਖੂਨ ਸੀ, ਜਿਨ੍ਹਾਂ ਨੇ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਜਿਹੜਾ ਬਚਨ ਕੀਤਾ ਸੀ ਬਾਅਦ ਵਿੱਚ ਕਿ ਮਹਾਂਪੁਰਸ਼ੋ ਜਦੋਂ ਕਿਤੇ ਸਮਾਂ ਆਇਆ ਮੇਰੀ ਛਾਤੀ
ਪਹਿਲਾਂ ਤੁਹਾਡੇ ਸਾਹਮਣੇ ਹੋ ਕੇ ਗੋਲੀ ਖਾਏਗੀ, ਬਾਅਦ ਵਿੱਚ ਕਿਤੇ ਤੁਹਾਡੇ ਤੱਕ ਇਹ ਸਮਾਂ ਆਏਗਾ। ਕਹਿੰਦੇ ਨੇ ਸਿਆਣੇ, ਸੇਵਾ ਕੌਮ ਦੀ ਜ਼ਿੰਦੜੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁੱਖ ਲਈਆਂ ਨੇ, ਜਿਨ੍ਹਾਂ ਦੇਸ਼ ਕੌਮ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਗੁਰਮੁਖੋ ਆਪ ਜੀ ਨੇ ਕਈਆਂ ਨੇ ਦਰਸ਼ਨ ਕਰੇ ਹੋਣਗੇ, ਭਾਈ ਅਮਰੀਕ ਸਿੰਘ ਜੀ ਇੰਨੇ ਸੋਹਣੇ ਨੌਜਵਾਨ ਸਨ, ਜਿੰਨੇ ਉਹ ਸੋਹਣੇ ਨੌਜਵਾਨ ਸਨ ਉਨੀ ਉਹਨਾਂ ਦੀ ਜਿਹੜੀ ਸੀਰਤ ਸੀ, ਜਿਹੜਾ ਉਹਨਾਂ ਦਾ ਤਪ ਸੀ, ਕਿਉਂਕਿ ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਉਹ ਜੇਠੇ ਸਪੁੱਤਰ ਸਨ, ਉਹਨਾਂ ਦੇ ਸਹਿਜਾਦੇ ਸਨ, ਜਿਨ੍ਹਾਂ ਨੇ ਦੁਨਿਆਵੀ ਵਿੱਦਿਆ ਵੀ ਬੜੀ ਲਈ ਅਤੇ ਧਾਰਮਿਕ ਦੁਨੀਆ ਦੇ ਵਿੱਚ ਉਹਨਾਂ ਦਾ ਕਥਾ ਦਾ ਅੰਦਾਜ਼, ਉਹਨਾਂ ਦੇ ਧਾਰਮਿਕ ਸੇਵਾ ਕਰਨ ਦਾ ਭਾਵਨਾ ਅਤੇ ਓੜ ਨਿਭਾਉਣ ਦੀ ਜਿਹੜੀ ਬਿਰਤੀ ਸੀ ਉਹ ਕਿਸੇ ਵਿਰਲੇ ਦੇ ਕਰਮਾਂ 'ਚ ਆਉਂਦੀ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ, ਜਿਨ੍ਹਾਂ ਦੇ ਮਨ ਵਿੱਚ ਹਮੇਸ਼ਾ ਉਹਨਾਂ ਮਹਾਨ ਕੁਰਬਾਨੀ ਕਰਨ ਵਾਲੇ ਸ਼ਹੀਦਾਂ ਦਾ ਇੰਨਾ ਸਤਿਕਾਰ ਹੈ, ਉਹਨਾਂ ਨੇ ਅੱਜ ਯਾਦ ਕੀਤਾ ਹੈ ਉਸ ਮਹਾਨ ਸ਼ਹੀਦ ਨੂੰ, ਕਿਉਂਕਿ ਸੰਤਾਂ ਦੀ ਯਾਦ ਤੋਂ ਬਾਅਦ ਉਹਨਾਂ ਨੂੰ ਨਾ ਯਾਦ ਕਰਨਾ ਵੀ ਇੱਕ ਅਧੂਰੀ ਜੀ ਗੱਲ ਹੈ। ਉਹਨਾਂ ਨੂੰ ਯਾਦ ਕਰਨਾ, ਇੱਕ ਵੇਲੇ ਇੱਕ ਤਸਵੀਰ ਬਣਾ ਕੇ ਬਾਬਾ ਠਾਕਰ ਸਿੰਘ ਜੀ ਕੋਲੇ ਲਿਜਾਂਦੀ ਗਈ, ਜਿਸ ਵਿੱਚ ਸੰਤ ਮਹਾਂਪੁਰਸ਼ ਤੀਰ ਕਰਕੇ ਦੱਸਦੇ ਨੇ ਟੈਂਕ ਵੱਲ। ਜਦੋਂ ਬਾਬਾ ਠਾਕਰ ਸਿੰਘ ਜੀ ਕੋਲੇ ਉਹ ਤਸਵੀਰ ਗਈ ਤੇ ਬਾਬਾ ਜੀ ਨੇ ਕਿਹਾ, ਇਹਦੇ ਵਿੱਚ ਭਾਈ ਅਮਰੀਕ ਸਿੰਘ ਨਹੀਂ ਦਿਸਦੇ। ਉਸ ਮੁਸੱਬਰ ਨੂੰ ਕਿਹਾ ਕਿ ਦੁਬਾਰੇ ਮਿਹਨਤ ਕਰ ਤੇ ਇਸ ਤਸਵੀਰ ਦੇ ਵਿੱਚ ਭਾਈ ਅਮਰੀਕ ਸਿੰਘ ਨੂੰ ਵਿਖਾ। ਸੋ ਗੁਰੂ ਕੇ ਪਿਆਰਿਓ, ਉਹ ਫਿਰ ਤਸਵੀਰ ਦੁਬਾਰਾ ਆਈ ਤੇ ਭਾਈ ਅਮਰੀਕ ਸਿੰਘ ਜੀ ਲੜਦੇ ਵਿਖਾਏ ਗਏ। ਆਓ, ਉਹ ਯੋਧਾ ਹੋਵੇ ਵਫਾ ਦਾ ਜਿਨ੍ਹਾਂ ਨੇ ਸਬਕ ਲੈਣਾ। ਦੋ ਪੰਕਤੀਆਂ ਭਾਈ ਸਾਹਿਬ ਸਾਡੇ ਸਤਿਕਾਰਯੋਗ ਭਾਈ ਅਮਰੀਕ ਸਿੰਘ ਨੂੰ ਸਮਰਪਿਤ ਦੋ ਪੰਕਤੀਆਂ। ਹੋਵੇ ਵਫਾ ਦਾ ਜਿਨ੍ਹਾਂ ਨੇ ਸਬਕ ਲੈਣਾ, ਮੁਰਸ਼ਦ ਜਰਨਲ ਸਵੇਗ ਸਿੰਘ ਨੂੰ ਧਾਰ ਲਾਇਓ। ਜੇਕਰ ਲਾ ਕੇ ਨਿਭਾਉਣ ਦੀ ਜਾਚ ਸਿੱਖਣੀ, ਭਾਈ ਅਮਰੀਕ ਸਿੰਘ ਦਾ ਸੱਚਾ ਪਿਆਰ ਲਾਇਓ। ਲਾ ਕੇ ਓੜ ਨਿਭਾਈ ਜੀ ਕਿਵੇਂ ਪ੍ਰੀਤੀ, ਬਾਬਾ ਠਾਰਾ ਸਿੰਘ ਤੋਂ ਸਮਤ ਵਿਚਾਰ ਲਾਇਓ। ਬਚਨ ਪਾਲਣਾ ਸਿੱਖਣਾ ਜੇ ਮਹਾਤਮਾ ਦਾ, ਸ਼ਹੀਦ ਸਿੰਘਾਂ ਨੂੰ ਦਿਲ ਵਿੱਚ ਧਾਰ ਲਾਇਓ। ਕਰਜ਼ਾ ਧਰਮ ਦਾ ਅਦਾ ਜੇ ਕਰਨ ਸਿੱਖਣਾ, ਦੀਪਕ ਸੰਤਾਂ ਦੀ ਆਰਤੀ ਉਤਾਰ ਲਇਓ। ਦੀਪਕ ਸੰਤਾਂ ਦੀ ਆਰਤੀ ਉਤਾਰ ਲਇਓ। ਭਾਈ ਅਮਰੀਕ ਸਿੰਘ ਸੰਤਾਂ ਦੇ ਨਾਲ ਕੀਤੇ ਬਚਨ ਸੰਪੂਰਨ ਕਰਨ ਲੱਗੇ ਨੇ। ਆਓ, ਉਸ ਯੋਧੇ ਦੀ ਇੱਕ ਵਾਰ ਕਹਿ ਕੇ ਤੁਹਾਥੋਂ ਇਜਾਜ਼ਤ ਲੈਣੀ। ਹਾਂਜੀ, ਪਹਿਲੇ ਕਾਲੇ ਤੋਂ ਲਾਓ ਜੀ। Thank you.
ਭਾਈ ਅਮਰੀਕ ਸਿੰਘ ਨੇ ਕਰ ਲਏ ਸੱਚਖੰਡ ਵੱਲ ਤਿਆਰੇ, ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ, ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ। ਸਾਂਭੋ ਆਪਣੀ ਪਾਤਸ਼ਾਹ ਇਹ ਸੀਸ ਅਮਾਨਤ, ਸ਼ੁਕਰ ਲਈ ਮੇਰਾ ਪਿਆ ਪੁਕਾਰੇ, ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ, ਹੋ ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ। ਉਹ ਕਤਰਾ ਕਤਰਾ ਖੂਨ ਦਾ ਮੇਰਾ ਸਾਥੀਆਂ ਪਾਏ ਸ਼ਹੀਦੀ ਚੋਲੇ, ਭਾਈ ਸਾਹਿਬ ਸੰਗ ਸਾਥੀਆਂ ਪਾਏ ਸ਼ਹੀਦੀ ਚੋਲੇ, ਸੂਰਮਿਆਂ ਵਿੱਚ ਮੈਦਾਨ ਦੇ ਦੋ ਹੱਥ ਕਰੇ ਕਰਾਰੇ, ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ, ਹੋ ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ। ਸ਼ਹੀਦੀਆਂ ਸਭ ਨਾਲ ਦੇ ਸਾਰੇ, ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ, ਹੋ ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ। ਤੇਰੇ ਵਿੱਚ ਸਕੂਲ ਦੇ ਜੋ ਮੈਂ ਕਰੀ ਪੜ੍ਹਾਈ, ਤੇਰੀ ਕਿਰਪਾ ਨਾਲ ਦਾਸ ਨੇ ਸਫਲ ਬਣਾਈ, ਜੜ ਤੋਂ ਸੰਸਾਰੇ, ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ, ਹੋ ਜੋਦਾ ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ। ਕੌਮ ਦੇ ਬਰਖਰਦਾਰੋ ਨਾ ਭੁੱਲਿਓ ਮੇਰਾ ਕਹਿਣਾ, ਬਿਵਤਾ ਵਿੱਚ ਹੈ ਆਪਣੇ ਇੱਕ ਮੁੱਠ ਹੋ ਰਹਿਣਾ, ਤੁਹਾਡੇ ਵਿੱਚ ਫੁੱਟ ਪਾਉਣਗੇ ਜਾਲ ਮਹਤਿਆਰੇ, ਹੋ ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ, ਹੋ ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ। ਉਹ ਆਖਰੀ ਦਮ ਤੱਕ ਜੂਝਦਾ ਸੂਰ ਮਾਰਿਆ ਕਰਾਂਦੀ, ਮੌਤ ਲੜੀ ਵਿੱਚ ਸੂਰਮੇ ਨੂੰ ਆਪ ਪਰਣਾਂਦੀ, ਹੋ ਨੈਣਾ ਚੋਂ ਅਸਮਾਨ ਦੇ ਵਗ ਪਏ ਹੰਝੂ ਖਾਰੇ, ਭਈ ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ, ਹੋ ਜੋਦਾ ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ। ਉਹ ਨਮਕ ਗੁਰੂ ਰਾਮਦਾਸ ਦਾ ਕਰ ਗਿਆ ਹਲਾਲ, ਪ੍ਰਾਣ ਨਿਭਾਏ
ਬਲੀਦਾਨ ਕੌਮ ਲਈ ਪ੍ਰਾਣ ਪਿਆਰੇ, ਹੋ ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ। ਉਹ ਧਰਮ ਜੁੱਜ ਦੇ ਮਹਿਲ ਦਾ ਇੱਕ ਥਣ ਗਿਰ ਚੱਲਿਆ, ਮਹਿਲ ਸਾਰਾ ਦੀਪਕਾ ਨੀਹਾਂ ਤੋਂ ਹਲਿਆ, ਆਗੂ ਹੀਣ ਮੂਮੈਂਟ ਤੇ ਰੱਬ ਰਹਿਮ ਗੁਜ਼ਾਰੇ, ਬਲੀਦਾਨ ਕੌਮ ਲਈ ਪ੍ਰਾਣ ਪਿਆਰੇ, ਉਹ ਜੋਧਾ ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ। ਭਾਈ ਸਾਹਿਬ ਨੇ ਕਰ ਲਏ ਸੱਚਖੰਡ ਵੱਲ ਤਿਆਰੇ, ਭਾਈ ਸਾਹਿਬ ਨੇ ਕਰ ਲਏ ਸੱਚਖੰਡ ਵੱਲ ਤਿਆਰੇ, ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ, ਹੋ ਕਰਨ ਲਗਾ ਬਲੀਦਾਨ ਕੌਮ ਲਈ ਪ੍ਰਾਣ ਪਿਆਰੇ। ਇਹ ਉਹ ਜੋਧੇ ਦੀ ਯਾਦ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਸਤਿਗੁਰੂ ਮਹਾਰਾਜ ਜੀ ਦਇਆ ਕਰਨ ਸਾਡੇ ਸਾਰਿਆਂ ਤੇ, ਸਾਡੇ ਬਹੁਤ ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਵਣ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਔਰ ਜਥੇਦਾਰ ਭਾਈ ਅਮਰੀਕ ਸਿੰਘ ਜੀ ਅਜਨਾਲਾ ਸਾਹਿਬ, ਸਿੰਘ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਔਰ ਗਿਆਨੀ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ, ਸਿੰਘ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸਮੁੱਚੀਆਂ ਜਿੰਨੀਆਂ ਇੱਥੇ ਮਹਾਨ ਸ਼ਖਸੀਅਤ ਆਏ ਹੋ, ਸਾਰਿਆਂ ਨੂੰ ਬਹੁਤ ਅਦਬ ਦੇ ਨਾਲ ਜੀਵ ਆਇਆਂ ਜੀ। ਗੁਰੂ ਮਹਾਰਾਜ ਕਿਰਪਾ ਕਰਨ, ਦਇਆ ਕਰਨ, ਜਿਸ ਮਕਸਦ ਲਈ ਮੋਰਚਾ ਲੱਗਿਆ ਹੈ ਉਹ ਮੋਰਚੇ ਵਿੱਚ ਕੌਮ ਨੂੰ ਸਫਲਤਾ ਬਖਸ਼ਿਸ਼ ਕਰਨ। ਇੰਨੀਆਂ ਮਨੋਕਾਮਨਾਵਾਂ ਭਾਵਨਾ ਦੇ ਨਾਲ ਸਾਰਿਆਂ ਤੋਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹੋਏ ਇਜਾਜ਼ਤ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।